ਹਵਾਈ ਜਹਾਜ਼ 'ਚ ਪੰਜਾਬੀ ਦੀ ਹੋਈ ਮੌਤ। ਕਈ ਸਾਲਾਂ ਬਾਅਦ ਪਰਤ ਰਿਹਾ ਸੀ ਵਤਨ, ਜਹਾਜ਼ ਦੇ ਵਿੱਚ ਹੀ ਪੂਰੇ ਹੋਏ ਸਾਂ। ਮਾਤਾ ਪਿਤਾ ਨਾਲ ਕਰ ਰਿਹਾ ਸੀ ਸਫ਼ਰ, ਜਹਾਜ਼ 'ਚ ਹੀ ਆ ਗਿਆ ਹਾਰਟ ਅਟੈਕ। ਹੁਣ ਵਾਪਸ ਕੈਨੇਡਾ ਭੇਜੀ ਗਈ ਮ੍ਰਿਤਕ ਦੀ ਲਾਸ਼। ਤਾਂ ਦੱਸਦੇ ਕਿ ਕੈਨੇਡਾ ਤੋਂ ਆਪਣੇ ਮਾਤਾ ਪਿਤਾ ਦੇ ਨਾਲ ਏਅਰ ਇੰਡੀਆ ਦੀ ਫਲਾਈਟ ਦੇ ਵਿੱਚ ਸਫ਼ਰ ਕਰ ਰਹੇ ਰਾਏਕੋਟ ਦੇ ਜੰਪਲ ਪ੍ਰਵਾਸੀ ਪੰਜਾਬੀ ਸੁਪਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਜਾਂਦੀ ਹੈ। ਤਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੁਪਿੰਦਰ ਸਿੰਘ ਦੇ ਚਾਚਾ ਕੁਲਦੀਪ ਸਿੰਘ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਦੇ ਨਾਲ ਕੈਨੇਡਾ ਤੋਂ ਰਾਏਕੋਟ ਆ ਰਿਹਾ ਸੀ, ਜਿਸ ਲਈ ਉਹ 6 ਮਾਰਚ ਨੂੰ ਵੈਨਕੂਵਰ ਤੋਂ ਏਅਰ ਇੰਡੀਆ ਦੀ ਫਲਾਈਟ ਦੇ ਵਿੱਚ ਸਵਾਰ ਹੋਇਆ ਅਤੇ ਸਫ਼ਰ ਸ਼ੁਰੂ ਹੋਣ ਤੋਂ 7 ਘੰਟਿਆਂ ਬਾਅਦ ਹੀ ਜਹਾਜ਼ ਦੇ ਵਿੱਚ ਸਫ਼ਰ ਦੌਰਾਨ ਉਸਦੀ ਅਚਾਨਕ ਤਬੀਅਤ ਵਿਗੜ ਜਾਂਦੀ ਹੈ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਫਲਾਈਟ ਦਾ ਸਟਾਫ ਮ੍ਰਿਤਕ ਨੂੰ ਬਚਾਉਣ ਦੇ ਲਈ ਕਾਫ਼ੀ ਜੱਦੋ ਜਹਿਦ ਕਰਦਾ, ਪਰ ਬਾਅਦ ਵਿੱਚ ਉਸਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਬੱਚਿਆਂ ਦੇ ਪਾਸਪੋਰਟ ਰੀਨਿਊ ਨਾ ਹੋਣ ਕਾਰਨ ਉਸਦੀ ਮ੍ਰਿਤਕ ਦੇਹ ਨੂੰ ਉਸੇ ਜਹਾਜ਼ ਰਾਹੀਂ ਵਾਪਸ ਵੈਨਕੂਵਰ ਬੁਲਾ ਲਿਆ, ਜਦਕਿ ਕਿਸੇ ਕਾਰਨਾਂ ਕਾਰਨ ਉਸਦੇ ਮਾਤਾ ਪਿਤਾ ਨੂੰ ਇੰਡੀਆ ਆਉਣਾ ਪੈ ਗਿਆ ਅਤੇ ਜੋ 11 ਮਾਰਚ ਨੂੰ ਵਾਪਸ ਕੈਨੇਡਾ ਜਾਣਗੇ। ਉਹਨਾਂ ਦੇ ਜਾਣ ਉਪਰੰਤ ਹੀ ਨੌਜਵਾਨ ਦਾ ਸੰਸਕਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮ੍ਰਿਤਕ ਪਿਛਲੇ ਤਕਰੀਬਨ 25 ਸਾਲਾਂ ਤੋਂ ਕੈਨੇਡਾ ਵਿਖੇ ਆਪਣੇ ਮਾਤਾ ਪਿਤਾ ਅਤੇ ਪਤਨੀ ਦੋ ਬੇਟਿਆਂ ਦੇ ਨਾਲ ਰਹਿੰਦਾ ਸੀ ਅਤੇ ਸਮੇਂ ਸਮੇਂ 'ਤੇ ਉਹ ਆਪਣੇ ਜੱਦੀ ਸ਼ਹਿਰ ਆਉਂਦਾ ਰਹਿੰਦਾ ਸੀ। ਸਗੋਂ ਹੁਣ ਉਹ 2 ਸਾਲ ਬਾਅਦ ਇੰਡੀਆ ਵਾਪਸ ਆ ਰਿਹਾ ਸੀ, ਪਰੰਤੂ ਕੁਦਰਤ ਨੂੰ ਕੁਝ ਹੋਰ ਹੀ ਭਾਣਾ ਮਨਜ਼ੂਰ ਸੀ ਅਤੇ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਭੈਣ ਦਾ ਇਕੱਲਾ ਭਰਾ ਸੀ। ਉਹ ਆਪਣੇ ਪਿਤਾ, ਬਜ਼ੁਰਗ ਮਾਤਾ ਪਿਤਾ ਅਤੇ ਪਤਨੀ ਅਤੇ 2 ਬੱਚਿਆਂ ਨੂੰ ਛੱਡ ਗਿਆ। ਪ੍ਰਵਾਸੀ ਪੰਜਾਬੀ ਦੀ ਅਚਾਨਕ ਮੌਤ ਹੋ ਜਾਣ ਕਾਰਨ ਰਾਏਕੋਟ ਇਲਾਕੇ ਦੇ ਵਿੱਚ ਹੁਣ ਸੋਗ ਦੀ ਲਹਿਰ ਹੈ। ਮੇਰਾ ਭਤੀਜਾ ਸੀ, ਉਹਨੂੰ ਜਹਾਜ਼ ਦੇ ਵਿੱਚ ਅਟੈਕ ਆਇਆ, ਜਹਾਜ਼ ਦੇ ਵਿੱਚ ਹੀ ਉਹਦੀ ਮੌਤ ਹੋਈ, ਕੈਨੇਡਾ ਤੋਂ ਜੀ। 2 ਸਾਲ ਬਾਅਦ ਆ ਰਹੇ। ਸੁਪਿੰਦਰ ਸਿੰਘ, ਏਜ 48 ਸਾਲ। ਨਹੀਂ, ਆਪਦੇ ਮੰਮੀ ਡੈਡੀ ਦੀ ਨੂੰ ਨਾਲ ਲੈ ਕੇ ਆ ਰਹੇ ਸੀ। ਡੈਡ ਬਾਡੀ ਉਹਨਾਂ ਦੀ ਵਾਪਸ ਕੈਨੇਡਾ ਲੈ ਕੇ ਜਾਣੀ ਆ ਜੀ, ਅਤੇ ਮੱਖਣ ਸਿੰਘ ਅਤੇ ਉਹਦੀ ਵਾਈਫ, ਮੇਰੀ ਭਰਜਾਈ, ਉਹ ਕੱਲ੍ਹ ਨੂੰ ਇੱਥੇ ਰਾਏਕੋਟ ਆ ਰਹੇ ਆ। ਹਾਂ ਹਾਂ, ਵਾਪਸ ਭੇਜਣੀ। ਇੱਕ ਮੇਰਾ ਬ੍ਰਦਰ ਸੀ, ਇੱਕ ਉਹ ਮੇਰਾ ਭਤੀਜਾ ਬਲਰਾਜ ਸਿੰਘ, ਅਤੇ ਇੱਕ ਇਹਦੀ ਸਿਸਟਰ ਦਲਵੀਰ ਕੌਰ ਜਿਹਦੇ ਸੁਪਿੰਦਰ ਸਿੰਘ ਇਹਨਾਂ ਦੀ ਮੈਰਿਜ ਆ, 2 ਬੱਚੇ ਆ। ਅਚਾਨਕ ਘਟਨਾ ਹੋਈ ਹੈ, ਕਾਫੀ ਜ਼ਿਆਦਾ ਦੁਖਦਾਈ ਪਹਿਲੂ ਹੈ। ਹਾਂਜੀ, ਆਪਣੇ ਵਾਪਸ ਇੰਡੀਆ ਵਤਨ ਆ ਰਹੇ ਸੀ, 2 ਸਾਲ ਬਾਅਦ ਆ ਰਹੇ ਸੀ। ਹਾਂਜੀ, ਸਾਡੇ ਇਹ ਬਹੁਤ ਨਜ਼ਦੀਕੀ ਸੀਗੇ। ਬਾਕੀ ਇਹਨਾਂ ਦੇ ਫਾਦਰ ਸਾਹਿਬ ਮੱਖਣ ਸਿੰਘ ਜੀ ਗਰੇਵਾਲ ਧਾਂਦਰੇ ਵਾਲੇ, ਜਿਹੜੇ ਸਾਡੇ ਨਾਲ ਬਿਜਲੀ ਬੋਰਡ ਦੇ ਵਿੱਚ ਵੀ ਰਹੇ ਨੇ, ਹਰ ਸਮੇਂ ਸਾਡੇ ਬਜ਼ੁਰਗਾਂ ਦੀ ਆਸ ਵਿੱਚ ਗੂੜੀ ਸਾਂਝ ਸੀ। ਬੜੀ ਦੁੱਖਦਾਈ ਘਟਨਾ ਇਹ ਹੋਈ ਹੈ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਇਹ ਇੰਡੀਆ ਆ ਰਿਹਾ ਸੀ, ਪਲੇਨ ਦੇ ਵਿੱਚ ਹੀ ਇਹ ਜਿਹੜਾ ਭਾਣਾ ਵਾਪਰ ਗਿਆ, ਜਿਸ ਨੂੰ ਇੱਥੇ ਇੰਡੀਆ ਦੀ ਧਰਤੀ 'ਤੇ ਪੈਰ ਪਾਉਣਾ ਨਸੀਬ ਨਹੀਂ ਹੋਇਆ ਜੀ। ਤਕਰੀਬਨ ਗਏ ਨੂੰ ਤਾਂ ਹੋ ਗਏ ਜੀ 25 ਸਾਲ ਹੋ ਗਏ।
48 ਸਾਲ ਦੀ ਉਮਰ ਸੀ। 2 ਸਾਲ ਬਾਅਦ ਪਹਿਲਾਂ 2 ਸਾਲ ਪਹਿਲਾਂ ਪਹਿਲਾਂ ਵੀ ਉਹ ਇੱਥੇ ਇੰਡੀਆ ਰੈਕੋਰਡ ਆ ਕੇ ਗਿਆ ਵਾ ਜੀ। ਹਾਂਜੀ, ਹੁਣ ਡੈੱਡ ਬੋਡੀ ਆ ਜਿਹੜੀ ਉਹਨਾਂ ਦੀ ਵਾਪਸ ਦਿੱਲੀ ਤੋਂ ਹੀ ਜਿਹੜੀ ਸਰੀ ਨੂੰ ਕੈਨੇਡਾ ਨੂੰ ਚਲੇ ਜਾਣੀ ਹੈ, ਅਤੇ ਸਰਦਾਰ ਮੱਖਣ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਉਹ ਕੱਲ੍ਹ ਨੂੰ ਇੱਥੇ ਰੈਕੋਰਡ ਆ ਰਹੇ ਨੇ। 2 ਦਿਨ ਇੱਥੇ ਰਹਿਣਗੇ, 11 ਤਰੀਕ ਨੂੰ ਵਾਪਸ ਸਰੀ ਨੂੰ ਜਾਣਗੇ। ਉਹਨਾਂ ਦੇ ਗਿਆਨ 'ਤੇ ਜਿਹੜਾ ਅੰਤਿਮ ਸੰਸਕਾਰ ਆ ਉੱਥੇ ਸਰੀ ਦੇ ਵਿੱਚ ਕੀਤਾ ਜਾਊਗਾ ਜੀ।